जिथे पंजाब च एक पासे बिजली नू लैके सियासत हो रही है, उत्थे ही अमृतसर विच लगातार बिजली दे कट देखण नू मिल रहे ने, जिसके चलते अमृतसर के पिंड बाबा बकाला विच दो दिन तो बिजली ना आने कारण पिंड कलेकियां दे वासियां वल्लों बिजली तो परेशान होकर पिंड दे स्कूल विच अपना डेरा लगाया गया। यही नहीं, इस दौरान इन्हां वासियां दे नाल कुछ निहंग सिंघां वल्लों सरकारी स्कूल ते पहुँच के कुटमार करन दा मामला सामने आया है। यही नहीं, उन्होंने लवेरियां मज्जां सने उन्होंने पैसे लुट के फरार होने के भी दोष लाए ने। उत्थे पुलिस अधिकारियों का कहना है कि मामले की जांच की जा रही है, इस तो बाद ही कोई कार्रवाई की जाएगी। अमृतसर तो ब्यूरो रिपोर्ट, वधेरे खबरों लिए तुसी देखते रहो अजीत वैब टीवी। ਭੋਗ ਤੇ ਆਏ ਸੀਗੇ ਉਸ ਟਾਈਮ ਤਾਂ ਸਾਰੇ ਬੋਲ ਕੇ ਗਏ ਸੀ ਕਿ ਜੋਬ ਦਾ ਹੀ ਬਹੁਤ ਜਲਦੀ ਕੰਮ ਹੋ ਜਾਏਗਾ। ਕਦੀ ਕਹਿੰਦੇ ਨੇ ਕਿ ਸਾਨੂੰ ਪ੍ਰੂਫ ਲਿਆ ਕੇ ਦਿਖਾਓ ਕਿ ਹਾਂ ਕਰੋਨਾ ਨਾਲ ਹੀ ਡੈਥ ਹੋਈ ਸੀ। ਅਸੀਂ ਝੂਠ ਥੋੜ੍ਹੀ ਬੋਲਾਂਗੇ ਕਿ ਕਰੋਨਾ ਨਾਲ ਨਹੀਂ ਹੋਈ ਸੀ। ਸਾਡੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ। ਸਾਡੇ ਘਰ 'ਚ ਸਿਰਫ ਮੇਰੇ ਹਸਬੈਂਡ ਹੀ ਸੀ ਜੋ ਜੋਬ ਕਰਦੇ ਸੀ। ਹੁਣ 8-9 ਮਹੀਨੇ ਹੋ ਗਏ, ਮੈਨੇ ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈ ਹੁਣ ਸਾਡੇ ਕੋਲ। ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਦਾ ਸਿਪਾਹੀ, ਮਾਂ ਬਾਪ, ਪਤਨੀ ਤੇ ਬੱਚਿਆਂ ਦਾ ਇੱਕ ਮਾਤਰ ਸਹਾਰਾ ਇਕਲੌਤਾ ਕਮਾਊ ਪੁੱਤ ਸੀ ਸ਼ਹੀਦ ਜਸਪਾਲ ਸਿੰਘ, ਜੋ ਕਿ ਆਪਣਾ ਫਰਜ਼ ਨਿਭਾਉਂਦਿਆਂ ਕੋਰੋਨਾ ਦੇ ਕਾਰਨ ਸ਼ਹੀਦ ਹੋ ਗਿਆ। ਕੀ ਅਜੇ ਵੀ ਇਹ ਪਰਿਵਾਰ ਤਰਸ ਦੇ ਆਧਾਰ ਤੇ ਨੌਕਰੀ ਦੇ ਲਾਇਕ ਨਹੀਂ? ਅਮੀਰ ਮੰਤਰੀਆਂ ਦੇ ਇਹ ਬੱਚੇ, ਮਹਿੰਗੀਆਂ ਗੱਡੀਆਂ ਤੇ ਕਰੋੜਾਂ ਦੀ ਸੰਪਤੀ ਦੇ ਮਾਲਕ, ਕੀ ਇਹ ਲੋਕ ਸੱਚਮੁੱਚ ਤਰਸ ਦੇ ਪਾਤਰ ਨੇ? ਪੰਜਾਬ ਮੰਗ ਦਾ ਜਵਾਬ। ਮਤਲਬ ਤੁਹਾਡੇ ਨਾਲ ਜਿਹੜਾ ਕਾਲੇ ਕੀਤਾ ਕਾਇਆ, ਕਿਹੜੇ ਸਵਾਜ ਕੀ ਹੋਇਆ, ਉਹਨੂੰ ਕੀ ਹੋਇਆ ਤੁਹਾਡੇ ਨਾਲ? ਭਾਜੀ ਅਸੀਂ ਛਾਂ ਵਿੱਚ ਤਰਕੇ ਅੰਦਰ ਬੰਦੇ ਸੀ, ਆਪਣੇ ਪਰਾਂਡੇ ਗਰਮੀ ਦੋ ਦਿਨ ਦੇ ਬੱਤੀ ਗਈ ਆ, ਇਸ ਕਰਕੇ ਪਿੰਡ ਛਾਂ ਤੇ ਡੰਗਰ ਵਜੇ ਤੇ ਉੱਥੇ ਬਾਬਾ ਦੇ ਬੰਦੇ ਆਏ ਤੇ ਸਾਡੇ ਮਾਲ ਸਾਨੂੰ ਕੁੱਟਿਆ, ਬਹੁਤ ਪੈਸੇ ਪੂਸੇ ਖੋ ਕੇ ਲੈ ਗਏ। ਕਿੰਨਾ ਕੁ ਤੁਹਾਨੂੰ ਮਾਰਿਆ ਹੈ? ਬਹੁਤ ਕੁੱਟਿਆ ਸਾਨੂੰ, ਤਾਂ ਤੁਰਿਆ ਵੀ ਨਹੀਂ ਜਾਂਦਾ। ਤੁਹਾਨੂੰ ਕੌਣ ਛਡਾ ਕੇ ਲੈ ਗਿਆ ਜੀ? ਸੱਜਰ ਮਾਲੇ ਸਾਡਾ ਹੈ। ਤੁਹਾਨੂੰ ਛਡਾ ਕੇ ਕੌਣ ਲੈ ਗਿਆ? ਆਪਣੇ ਪਿੰਡ ਦੇ ਬੰਦੇ ਨੇ ਫੋਨ ਫਾਨ ਕੀਤਾ, ਫਿਰ ਪੁਲਿਸ ਆਈ ਹੈ। ਪੁਲਿਸ ਨੇ ਛਡਾਇਆ? ਹਾਂਜੀ, ਪੁਲਿਸ ਨੇ ਉਹਦੇ ਜਾ ਕੇ ਲੈ ਕੇ ਬਹੁਤ ਵਧੀਆ ਲੈ ਕੇ ਆਈ ਉਹਨਾਂ ਕੋਲ ਪੁਲਿਸ। ਅਸੀਂ ਪੁਲਿਸ ਦਾ ਬਹੁਤ ਧੰਨਵਾਦ ਕਰਨਾ। ਮਸਲਾ ਇਹ ਵੀ ਇਹ ਨਿਹੰਗ ਹਰ ਸਾਲ ਇੱਥੇ ਆਣ ਕੇ ਤਬਾਹੀ ਮਜਾ ਕੇ ਜਾਂਦੇ ਆ। ਐਰਕਾਂ ਵੀ ਇਹਨਾਂ ਨੇ ਬਥੇਰੇ ਇਹਨਾਂ ਦੇ ਹੱਥ ਪੈਰ ਜੋੜੇ ਆ ਵੀ ਨਾ ਸਕੂਲ ਦੇ ਵਿੱਚ ਨਾ ਐਂਟਰੀ ਕਰੋ, ਕਿਤੇ ਹੋਰ ਤੁਸੀਂ ਦਿਹਾੜੀ ਇੱਕ ਅੱਧਾ ਦਿਨ ਮੰਡੀ ਹੈਗੀ ਹੈ ਉੱਥੇ ਰਹਿ ਕੇ ਤੇ ਚਲੇ ਜਾਓ। ਪਰ ਇਹਨਾਂ ਇੱਕ ਕਿਸੇ ਦੀ ਇੱਕ ਨਹੀਂ ਸੁਣੀ। ਆਹ ਸਕੂਲ ਦਾ ਹਾਲ ਵੇਖੋ ਸਾਡੇ ਦਾ, ਸਾਰੇ ਆ ਕਿਚਨ ਸ਼ੈੱਡ ਵਗੈਰਾ, ਸਕੂਲ ਦੇ ਕਮਰੇ, ਦਰਵਾਜ਼ੇ, ਗਰਾਊਂਡ ਮੁੰਡਿਆਂ ਨੇ ਰੀਝ ਦੇ ਨਾਲ ਮੁੰਡਿਆਂ ਨੇ ਗਰਾਊਂਡ ਤਿਆਰ ਕੀਤੀ ਆ ਅਤੇ ਕੰਪਿਊਟਰ ਕਿਰਾਏ ਵਗੈਰਾ ਫੇਰ ਫੇਰ ਕੇ ਅਤੇ ਇਹਦੇ ਵਧੀਆ ਮੁੰਡੇ ਸਾਡੇ ਪਿੰਡ ਦੇ ਖੇਡਦੇ ਆ। ਇਹਨਾਂ ਦਾ ਜਿੰਨਾ ਵੀ ਇਹਨਾਂ ਦਾ ਜੋ ਅਨਪੜ੍ਹ ਆ, ਜਿੰਨੇ ਅਮਲੀ ਆ, ਜਿੰਨੇ ਬੰਦੇ ਸਾਰੇ ਨਿਹੰਗ ਇਹਨਾਂ ਦੇ ਨਾਲ ਆ। ਇਹਨਾਂ ਨਿਹੰਗਾਂ ਨੇ ਆਣ ਕੇ ਅਤੇ ਇੱਥੇ ਸਾਡੇ ਪਿੰਡ ਆਣ ਕੇ ਅਤੇ ਜੋ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ, ਇਹਨਾਂ ਨੇ ਲਵੇਰੀਆਂ ਮੱਝਾਂ, ਕਸ਼ਮੀਰ ਸਿੰਘ ਅਤੇ ਬਬਲੂ, ਉਹਨਾਂ ਨੇ ਵਿਚਾਰੇ ਵਪਾਰ ਕਰਦੇ ਲਵੇਰੀਆਂ ਮੱਝਾਂ ਦਾ, ਅਤੇ ਉਹਨਾਂ ਦੇ ਘਰੋਂ ਲਵੇਰੀਆਂ ਮੱਝਾਂ ਖੋਲ੍ਹ ਕੇ ਲਿਆਉਂਦੀਆਂ। ਜਦੋਂ ਉਹਨਾਂ ਵਿਰੋਧ ਕੀਤਾ ਤੇ ਉਹਨਾਂ ਨੂੰ ਲੰਮੇ ਪਾ ਪਾ ਕੁੱਟਿਆ, ਤੇ ਜਿਹੜਾ ਕਸ਼ਮੀਰ ਸਿੰਘ ਉਹਦੀ ਤਾਂ ਹਾਲਤ ਬਹੁਤ ਜ਼ਿਆਦਾ ਖਰਾਬ ਆ, ਹੋ ਸਕਦਾ ਵਾ ਵੀ ਉਹਨੂੰ ਉਹਦਾ ਬਚਣ ਦੀ ਵੀ ਕੋਈ ਸੰਭਾਵਨਾ ਨਹੀਂ ਗੀ, ਇਹਨਾਂ ਉਹਨੂੰ ਵੱਢਿਆ ਦਾਤਰਾਂ ਦੇ ਨਾਲ ਇਹਨਾਂ ਨੇ। ਤੇ ਜਿੰਨੇ ਗੁੰਡੇ ਇਹਨਾਂ ਦੇ ਵਿੱਚ, ਜਿੰਨੇ ਆਸੇ ਪਾਸੇ ਦੇ, ਕਿਸੇ ਦਾ ਕੋਈ ਥਾਂ ਟਿਕਾਣਾ ਨਹੀਂ, ਤੇ ਇਹਨਾਂ ਦਾ ਜਿਹੜਾ ਮੇਨ ਮੁਖੀ ਆ, ਜਿਹੜਾ ਇਹਨਾਂ ਦਾ ਲੀਡਰ ਆ, ਉਹ ਆ ਭਰਥ। ਤੇ ਭਰਥ ਨੇ ਜਿੰਨਾ ਜੇ ਉਹਨੂੰ ਜਾ ਕੇ ਸ਼ਿਕਾਇਤ ਲਾਈ ਦੀ ਆ ਤੇ ਉਹ ਅੱਗਿਓਂ ਇਹ ਇੰਨਾ ਪੈਂਦਾ ਜ਼ਬਰਦਸਤ ਵੀ ਜਿਸ ਤਰ੍ਹਾਂ ਬਦਮਾਸ਼ੀ ਉਹਦੀ ਇੰਨੀ ਚੱਲਣ ਡਈ ਆ ਵੀ ਸ਼ਰੇਆਮ ਗਲੀਆਂ ਦੇ ਵਿੱਚ ਮੁੰਡਿਆਂ ਦੇ ਪਿੱਛੇ ਭੱਜ ਭੱਜ ਕੇ ਉਹਨਾਂ ਨੇ ਮੁੰਡਿਆਂ ਨੇ ਆਪਣੀਆਂ ਜਾਨਾਂ ਬਚਾਈਆਂ, ਜਿਹੜੇ ਪਰਿਵਾਰ 'ਤੇ ਇਹਨਾਂ ਨੇ ਅਟੈਕ ਕੀਤਾ ਜਿਹੜੇ ਮੱਝਾਂ ਦਾ, ਅਤੇ 4 ਮੱਝਾਂ ਉਹਨਾਂ ਨੇ ਖੋਹ ਕੇ ਲੈ ਗਏ ਆ। 1 ਲੱਖ ਰੁਪਈਆ ਉਹਨਾਂ ਕੋਲ ਕੈਸ਼ ਸੀਗਾ, ਉਹ ਕੈਸ਼ ਵੀ ਨਾਲ ਲੈ ਗਏ ਆ। ਉਹ ਗਰੀਬ ਵਿਚਾਰੇ ਅੱਗੇ ਕਰਜ਼ੇ ਦੇ ਮਾਰ ਹੇਠਿਆ ਅਤੇ ਹੁਣ ਹੋਰ ਵੀ ਉਹਨਾਂ ਦਾ ਜਿਹੜਾ ਵਾ ਬੁਰਾ ਹਾਲ ਕਰ ਗਏ ਆ। ਅਤੇ ਇਹਨਾਂ ਦਾ ਜਿਹੜਾ ਸਰਕਾਰ ਆ, ਸਰਕਾਰ ਕੋਈ ਕਾਰਵਾਈ ਕਰੇ ਕਰੇ, ਹੋਰ ਕਿਹੜਾ ਬੰਦਾ ਇਹਨਾਂ ਦੇ ਨਾਲ ਮੱਥਾ ਲਾਵੇ? ਅਤੇ ਪੁਲਿਸ ਪ੍ਰਸ਼ਾਸਨ ਹੁਣ ਤੱਕ ਕੀ ਕਾਰਵਾਈ ਦੀ ਮੰਗ ਕੀਤੀ? ਕਾਰਵਾਈ ਕੀ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਵਾ ਮੇਨ ਇਹਨਾਂ ਦਾ ਲੀਡਰ ਉਹਨੂੰ ਗ੍ਰਿਫਤਾਰ ਕੀਤਾ ਜਾਵੇ, ਅਤੇ ਜਿਹੜੇ ਬਾਕੀ ਵੀ ਆ ਉਹ ਵੀ ਜਿਹੜੇ ਫੜ ਕੇ ਅੰਦਰ ਦਿੱਤੇ ਜਾਣ, ਅਤੇ ਜਿਹੜੀਆਂ ਗਾਈਆਂ ਵਾ ਉਹ ਕਿ ਚੰਗੇ ਟਿਕਾਣੇ ਉਹ ਇਹਨਾਂ ਨੂੰ ਕੋਈ ਸਰਕਾਰ ਇਹਨਾਂ ਨੂੰ ਜਗ੍ਹਾ ਦੇਵੇ ਤੇ ਉੱਥੇ ਇਹ ਗਾਈਆਂ ਸੰਭਾਲਣ। ਇਹ ਪਿੰਡਾਂ ਦੇ ਵਿੱਚ 10-10 ਫੁੱਟ ਪਏ ਆ, ਉਹਨਾਂ ਦੇ ਉੱਥੇ 10-10 ਹਜ਼ਾਰ ਗਾਈਆਂ ਪਾ ਦਿੰਦੇ ਆ, ਅਤੇ ਜੋ ਲਾਗੇ ਆਸੇ ਪਾਸੇ ਨੁਕਸਾਨ ਹੈ, ਝੋਨੇ ਦਾ, ਕਣਕ ਦਾ, ਜੋ ਵੀ ਤਹਿਸ ਨਹਿਸ ਕਰ ਜਾਂਦੇ ਜਿੱਧਰ ਦੀ ਲੰਘਦੇ ਆ।
ਤੁਸੀਂ ਕਿਸੇ ਉੱਚ ਅਧਿਕਾਰੀ ਪੁਲਿਸ ਮੁਲਾਜ਼ਮ ਨਾਲ ਗੱਲ ਕੀਤੀ ਜੀ? ਗੱਲ ਕੀਤੀ ਆਪਣੇ ਅੰਮ੍ਰਿਤਸਰ ਦਿਹਾਤੀ ਦੇ SSP ਸਾਹਿਬ ਨਾਲ ਗੱਲ ਕੀਤੀ, ਉਹ ਕਹਿੰਦੇ ਕਾਰਵਾਈ ਕਰਾਂਗੇ, ਉਹਨਾਂ ਭਰੋਸਾ ਦਵਾਇਆ ਵਾ। SHO ਸਾਹਿਬ ਆਏ ਸੀ ਮੌਕੇ ਤੇ, ਉਹ ਮੌਕਾ ਵੇਖ ਕੇ ਗਏ ਆ, ਬੰਦਿਆਂ ਨੂੰ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਦਾਖਲ ਕਰਾਇਆ ਵਾ। ਹੁਣ ਅਸੀਂ ਇਹ ਬਿਆਨ ਦਰਜ ਕਰਵਾਉਣ ਚੱਲੇ ਆ ਤੇ ਇਹਨਾਂ ਤੇ ਜਿਹੜੀ ਪਿੰਡ ਕਾਲੇਕੇ ਵਿਖੇ ਨਿਹੰਗ ਸਿੰਘ ਬਾਬਾ ਗਊਆਂ ਜੀ ਵਾਲਿਆਂ ਨੇ ਬਾਬਾ ਭਰਤ ਜੀ ਦੀ ਅਗਵਾਈ ਵਿੱਚ ਪਿਛਲੇ 2 ਦਿਨ ਤੋਂ ਸਰਕਾਰੀ ਸਕੂਲ ਦੀ ਗਰਾਊਂਡ ਅਤੇ ਦਾਣਾ ਮੰਡੀ ਦੇ ਵਿੱਚ ਗਾਵਾਂ ਦੇ ਨਾਲ ਡੇਰਾ ਜਿਹੜਾ ਲਗਾਇਆ ਹੋਇਆ ਸੀ, ਅਤੇ ਜੋ ਅੱਜ ਪਿੰਡ ਦੇ ਕਸ਼ਮੀਰ ਸਿੰਘ ਪੁੱਤਰ ਮਾਨ ਸਿੰਘ ਜਿਹਦੇ ਘਰ ਵਿੱਚ 3 ਪ੍ਰਵਾਸੀ UP ਤੋਂ ਆਉਂਦੇ ਜਾਂਦੇ ਰਹਿੰਦੇ, ਜੋ ਡੰਗਰਾਂ ਦਾ ਵਪਾਰ ਕਰਦੇ, ਅੱਜ ਵੀ ਆਏ ਸੀ, 5-6 ਮੱਝਾਂ ਲੈ ਕੇ ਉਹ ਆਏ ਸੀ, ਅਤੇ ਜੋ ਨਿਹੰਗ ਸਿੰਘਾਂ ਨੇ ਇਹ ਸ਼ੱਕ ਸੀ ਕਿ ਇਹ ਜਿਹੜੇ ਪ੍ਰਵਾਸੀ ਨੇ UP ਦੇ ਮੁਸਲਮਾਨ ਨੇ, ਇਹ ਪਿੰਡਾਂ ਵਿੱਚੋਂ ਡੰਗਰ ਲਿਜਾ ਕੇ ਉੱਥੇ ਬੁੱਚੜਖਾਨੇ ਵਿੱਚ ਉਹਨਾਂ ਨੂੰ ਵੱਢਣ ਵਾਸਤੇ ਵੇਚਦੇ ਨੇ, ਜੋ ਇਸ ਗੱਲ ਨੂੰ ਲੈ ਕੇ ਕਸ਼ਮੀਰ ਸਿੰਘ ਅਤੇ ਉਹ 3 ਪ੍ਰਵਾਸੀਆਂ ਦੇ ਨਾਲ ਨਿਹੰਗ ਸਿੰਘਾਂ ਦਾ ਤਕਰਾਰ ਹੋਇਆ, ਜੋ ਕਸ਼ਮੀਰ ਸਿੰਘ ਨੂੰ ਜਿਹੜੀਆਂ ਗੰਭੀਰ ਸੱਟਾਂ ਲੱਗੀਆਂ ਨੇ, ਅਤੇ ਉਹ 3 ਜਿਹੜੇ ਪ੍ਰਵਾਸੀ ਸੀ ਉਹਨਾਂ ਨੂੰ ਵੀ ਉਹਨਾਂ ਨੇ ਉੱਥੇ ਕੁੱਟਮਾਰ ਕੀਤੀ ਹੈ, ਜੋ ਮੌਕੇ 'ਤੇ ਜਾ ਕੇ ਉਹਨਾਂ 3 ਨੂੰ ਜਿਹੜਾ ਉੱਥੋਂ ਛੁਡਾਇਆ ਕੇ ਸਿਵਲ ਹਸਪਤਾਲ ਬਾਬਾ ਗੰਗਾਲਾ ਸਾਹਿਬ ਵਿਖੇ ਜਿਹੜਾ ਦਾਖਲ ਕਰਵਾਇਆ ਗਿਆ, ਕਸ਼ਮੀਰ ਸਿੰਘ ਨੂੰ ਵੀ ਦਾਖਲ ਕਰਵਾਇਆ ਗਿਆ। ਇਹਨਾਂ ਨੂੰ ਛਡਾਉਣ ਦੌਰਾਨ ਪਿੰਡ ਦੇ ਇੱਕ ਦਿਲਬਾਗ ਸਿੰਘ ਨੂੰ ਵੀ ਜਿਹੜੀ ਸੱਟ ਲੱਗੀ ਹੈ ਉਹਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਜੋ ਵੀ ਬਿਆਨ ਜਿਹੜੇ ਹੈਗੇ ਉਹ ਕਲਮਤ ਕਰਕੇ ਕਾਨੂੰਨੀ ਕਾਰਵਾਈ ਜਿਹੜੀ ਇਹਨਾਂ 'ਤੇ ਕੀਤੀ ਜਾਵੇਗੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।